ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਗੁਰਸਾਜ ਕੋਚਿੰਗ ਸੈਂਟਰ ਬਰਨਾਲਾ ਗਾਇਸ ਜਿਵੇਂ ਕਿ ਆਪਾਂ ਐਨਜੀਟੀ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਉਹਦੇ ਰਿਗਾਰਡਿੰਗ ਪਹਿਲੀ ਜੋ ਵੀਡੀਓ ਮੈਂ ਪਾਈ ਸੀ ਉਹ ਪੰਜਾਬੀ ਭਾਸ਼ਾ ਤੇ ਸੀ ਪਹਿਲਾ ਟੌਪਿਕ ਸੀ ਨੈਕਸਟ ਅੱਜ ਜੋ ਆਪਣੇ ਕੋਲ ਵੀਡੀਓ ਹੈ ਪੰਜਾਬੀ ਭਾਸ਼ਾ ਦਾ ਨੈਕਸਟ ਟੌਪਿਕ ਆ ਵਿਆਕਰਨ ਤੇ ਅੱਜ ਆਪਾਂ ਵਿਆਕਰਨ ਦੇ ਬਾਰੇ ਪੜਾਂਗੇ ਉਹਦੇ ਐਮਸੀਕਿਊਜ਼ ਦੇ ਬਾਰੇ ਪੜਾਂਗੇ ਗਾਇਸ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਇਦੇ ਵਿੱਚ ਗਾਇਸ ਜਿਉ ਜੋ ਤੁਹਾਨੂੰ ਸ਼ੋ ਹੋ ਰਿਹਾ ਆਪਣੇ ਕੋਲ ਐਂਟੀਟੀ ਇਗਜ਼ਾਮ ਦੀ ਲੇਟੈਸਟ ਬੁੱਕ ਆ ਜਿਹੜੀ ਕਿ ਇਗਜ਼ਾਮ ਦੇ ਰਿਗਾਰਡਿੰਗ ਪਬਲਿਸ਼ ਕੀਤੀ ਗਈ ਆ ਤੇ ਇਹ ਬੁੱਕ ਦੇ ਵਿੱਚੋਂ ਹੀ ਆਪਾਂ ਪੰਜਾਬੀ ਭਾਸ਼ਾ ਦਾ ਸੈਕੰਡ ਟੌਪਿਕ ਅੱਜ ਕਰਾਂਗੇ ਵਿਆਕਰਨ ਵਿਆਕਰਨ ਦੇ ਵਿੱਚ ਨੈਕਸਟ ਆਪਣੇ ਕੋਲ ਜੋ ਟੌਪਿਕ ਨੇ ਤੁਨੀਬੋਧ ਸ਼ਬਦ ਬੋਧ ਵਾਕ ਬੋਧ ਤੇ ਅਰਥ ਬੋਧ ਨੇ ਤਾਂ ਇਹਨਾਂ ਵਿੱਚੋਂ ਅੱਜ ਆਪਾਂ ਦੋ ਜਾਂ ਤਿੰਨ ਟੌਪਿਕ ਹੀ ਕਵਰ ਕਰਾਂਗੇ ਜਿਹਦੇ ਰਿਗਾਰਡਿੰਗ ਤੁਸੀਂ ਚੰਗੀ ਤਰ੍ਹਾਂ ਇਨਫੋਰਮੇਸ਼ਨ ਲੈ ਸਕੋ ਫਸਟ ਚਲੋ ਆਪਾਂ ਸਟਾਰਟ ਕਰ ਦਿਆਂ ਵਿਆਕਰਨ ਟੌਪਿਕ ਇਹਦੇ ਵਿੱਚ ਆਪਣੇ ਕੋਲ ਕਿਹੜੇ ਕਿਹੜੇ ਐਮਸੀਕਿਊਜ਼ ਆ ਧਿਆਨ ਨਾਲ ਇਹ ਲਿਖਿਆ ਕਿਹੜਾ ਸਹੀ ਹੈ ਇਹਦੇ ਆਪਣੇ ਕੋਲ ਆਨਸਰਸ ਕਿਹੜੇ-ਕਿਹੜੇ ਨੇ ਪੰਜਾਬੀ ਲਿਖਣ ਨੂੰ ਵਿਆਕਰਨ ਆਖਦੇ ਹਨ ਭਾਸ਼ਾ ਜਾਂ ਬੋਲੀ ਨੂੰ ਸੁੱਧ ਰੂਪ ਵਿੱਚ ਲਿਖਣਾ ਵਿਆਕਰਨ ਹੈ ਕਿਸੇ ਵੀ ਭਾਸ਼ਾ ਜਾਂ ਬੋਲੀ ਨੂੰ ਸੁੱਧ ਰੂਪ ਵਿੱਚ ਲਿਖ ਕੇ ਪ੍ਰਗਟ ਕਰਨ ਲਈ بنائے ਨਿਯਮਾਂ ਨੂੰ ਵਿਆਕਰਨ ਕਹਿੰਦੇ ਹਨ ਅਪਰੋਧਕ ਕੋਈ ਵੀ ਨਹੀਂ ਤਾਂ ਇਹਦਾ ਜੋ ਸਹੀ ਆਨਸਰ ਆਪਣੇ ਕੋਲ ਉਹ ਈੜੀਆਂ ਕਿਸੇ ਵੀ ਭਾਸ਼ਾ ਜਾਂ ਬੋਲੀ ਨੂੰ ਸੁੱਧ ਰੂਪ ਵਿੱਚ ਲਿਖ ਕੇ ਪ੍ਰਗਟ ਕਰਨ ਵਾਲੇ بنائے ਨਿਯਮਾਂ ਨੂੰ ਵਿਆਕਰਨ ਕਹਿੰਦੇ ਹਨ ਨੈਕਸਟ ਕੁਐਸਚਨ ਪੰਜਾਬੀ ਵਿਆਕਰਨ ਦਾ ਮੁੱਖ ਕੰਮ ਹੈ ਪੰਜਾਬੀ ਲਿਖਣਾ ਪੰਜਾਬੀ ਪੜ੍ਹਨਾ ਪੰਜਾਬੀ ਬੋਲੀ ਨੂੰ ਠੀਕ ਢੰਗ ਨਾਲ ਲਿਖਣਾ ਅਪਰੋਧਕ ਕੋਈ ਵੀ ਨਹੀਂ ਤਾਂ ਇਹਦਾ ਆਨਸਰ ਆਪਣੇ ਕੋਲ ਕੀ ਆ ਇਹਦਾ ਆਨਸਰ ਵੀ ਈਡੀ ਹੀ ਹੈ ਪੰਜਾਬੀ ਬੋਲੀ ਨੂੰ ਠੀਕ ਢੰਗ ਨਾਲ ਲਿਖਣਾ ਨੈਕਸਟ ਕੁਐਸਚਨ ਵਿਆਕਰਨ ਦੇ ਕਿੰਨੇ ਅੰਗ ਹੁੰਦੇ ਹਨ ਇਹ ਆਪਣੇ ਕੋਲ ਮੋਸਟ ਇੰਪੋਰਟੈਂਟ ਕੁਐਸਚਨ ਆ ਇਹ ਆਪਣੇ ਕੋਲ ਇਗਜ਼ਾਮ ਵਿੱਚ ਆ ਸਕਦਾ ਵਿਆਕਰਨ ਦੇ ਕਿੰਨੇ ਅੰਗ ਹੁੰਦੇ ਹਨ 2 3 4 ਜਾਂ 5 ਇਹਦਾ ਆਨਸਰ ਆਪਣੇ ਕੋਲ ਕੀ ਆ ਈੜੀਆਂ ਵਿਆਕਰਨ ਦੇ ਚਾਰ ਅੰਗ ਹੁੰਦੇ ਹਨ ਨੈਕਸਟ ਕੁਐਸਚਨ ਵਾਕਬੋਧ ਤੋਂ ਕੀ ਭਾਵ ਹੈ ਸ਼ਬਦਾਂ ਦੀ ਵਿਆਖਿਆ ਵਾਕਾਂ ਦੀ ਵਿਆਖਿਆ ਧੁਨੀਆਂ ਦੀ ਵਿਆਖਿਆ ਜਾਂ ਸ਼ਬਦਾਂ ਦੀ ਵਿਆਖਿਆ ਤਾਂ ਚੌਥੇ ਦਾ ਆਪਣੇ ਕੋਲ ਜੋ ਆਨਸਰ ਆ ਉਹ ਆੜਾਵਾ ਵਾਕਾਂ ਦੀ ਵਿਆਖਿਆ ਨੈਕਸਟ ਕੁਐਸਚਨ ਅੱਖਰਬੋਧ ਵਿੱਚ ਕਿੰਨਾ ਨਿਜ਼ਮਾ ਦਾ ਵਰਣਨ ਕੀਤਾ ਹੁੰਦਾ ਹੈ ਇਹਦੇ ਆਪਣੇ ਕੋਲ ਜੋ ਆਨਸਰਸ ਨੇ ਅੱਖਰ ਉਚਾਰਨ ਦਾ ਲਗਾ ਮਾਤਰਾ ਦਾ ਸ਼ਬਦ ਜੋੜੇ ਜਾਂ ਅਪਰੋਤਕ ਸਾਰੇ ਤਾਂ ਆਪਣੇ ਕੋਲ ਇਹਦਾ ਆਨਸਰ ਕੀ ਆਊਗਾ ਅਪਰੋਤਕ ਸਾਰੇ ਕਿਉਂਕਿ ਅੱਖਰ ਬੋਧ ਵਿੱਚ ਅੱਖਰ ਉਚਾਰਨ ਦਾ ਵੀ ਲਗਾ ਮਾਤਰਾ ਦਾ ਵੀ ਤੇ ਸ਼ਬਦ ਜੋੜੇ ਸਭ ਦਾ ਵਰਣਨ ਕੀਤਾ ਹੁੰਦਾ ਵਾ ਨੈਕਸਟ ਆਪਣੇ ਕੋਲ ਚੱਲਦੇ ਹਾਂ ਇਹ ਆਪਣੇ ਕੋਲ ਵਿਆਕਰਨ ਦੇ ਕੁਐਸਚਨ ਸੀਗੇ ਨੈਕਸਟ ਆਪਣੇ ਕੋਲ ਸੈਕੰਡ ਟਾਪਿਕ ਆ ਤੁਨੀ ਬੋਧ ਤੁਨੀ ਬੋਧ ਵਿੱਚ ਆਪਣੇ ਕੋਲ ਕਿਹੜੇ ਕਿਹੜੇ MCQਸ ਆ ਰਹੇ ਨੇ ਫਰਸਟ ਕੁਐਸਚਨ ਸਕੂਲ ਵਿੱਚ ਕਿਹੜੀਆਂ ਧੁਨੀਆਂ ਹਨ ਤਾਂ ਇਹ ਆਪਣੇ ਕੋਲ ਧੁਨੀਆਂ ਦੇ ਅਕੋਰਡਿੰਗ ਆਪਣੇ ਕੋਲ ਸਕੂਲ ਦੇ ਆਨਸਰ ਦਿੱਤੇ ਹੋਏ ਨੇਗੇ ਤਾਂ ਇਹਨਾਂ ਆਨਸਰਸ ਦੇ ਵਿੱਚੋਂ ਆਪਾਂ ਇੱਕ ਆਨਸਰ ਸਿਲੈਕਟ ਕਰਕੇ ਉਸ ਨੂੰ ਟਿਕ ਕਰਨਾ ਵਾ ਦੇਖੋ ਫਰਸਟ ਆਪਣੇ ਕੋਲ ਦਿੱਤਾ ਹੋਇਆ ਸਸ ਕਕ ਲਲ੍ਲਾ ਸੈਕੰਡ ਆਪਣੇ ਕੋਲ ਦਿੱਤਾ ਹੋਇਆ ਸਸ ਕਕ ਊੜੇ ਦਲੈਂਕੜ ਲਲ੍ਲਾ ਥਰਡ ਆਪਣੇ ਕੋਲ ਦਿੱਤਾ ਹੋਇਆ ਸਸ ਕਕੇ ਦਲੈਂਕੜ ਲਲ੍ਲਾ ਅਪਰੋਤਕ ਕੋਈ ਵੀ ਨਹੀਂ ਤਾਂ ਇਹਦੇ ਵਿੱਚੋਂ ਜੋ ਆਪਣੇ ਕੋਲ ਧੁਨੀਆਂ ਦੇ ਰਿਗਾਰਡਿੰਗ ਆ ਆਨਸਰ ਸਹੀ ਆ ਉਹ ਆੜਾ ਤੇ ਉਹਦੇ ਆਪਣੇ ਕੋਲ ਧੁਨੀਆਂ ਸਕੂਲ ਦੇ ਨੇ ਨੈਕਸਟ ਕੁਐਸਚਨ ਤੀਲਨਾ ਸ਼ਬਦ ਵਿੱਚ ਕਿਹੜੀਆਂ ਧੁਨੀਆਂ ਹਨ ਤਾਂ ਇਹਦੇ ਵਿੱਚ ਵੀ ਸੇਮ ਪਹਿਲੇ ਵਾਲਾ ਹੀ ਪ੍ਰਸੀਜਰ ਅਪਣਾਇਆ ਗਿਆ ਵਾ ਤੁਸੀਂ ਇਹਦੇ ਵਿੱਚ ਚੈੱਕ ਆਊਟ ਕਰਕੇ ਆਨਸਰ ਨੂੰ ਟਿਕ ਕਰਨਾ ਇਹਦੇ ਵਿੱਚ ਜੋ ਆਨਸਰ ਆ ਉਹ ਆਪਣੇ ਕੋਲ ਫਰਸਟ ਆ ਨੈਕਸਟ ਕੁਐਸਚਨ ਇਨ੍ਹਾਂ ਵਿੱਚੋਂ ਕਿਹੜਾ ਲਘੂ ਸਵਰਤੁਨੀ ਹੈ ਆੜਾ ਆ ਓ ਓ ਅ ਤਾਂ ਇਹਦੇ ਵਿੱਚੋਂ ਆਪਣੇ ਕੋਲ ਜਿਹੜਾ ਆਨਸਰ ਆ ਉਹ ਉੜਾਵਾ ਉੜੇ ਦਾ ਆਨਸਰ ਆਪਣੇ ਕੋਲ ਜੋ ਸ਼ੋਅ ਕੀਤਾ ਗਿਆ ਉਹ ਆੜਾ ਆਨਸਰ ਆ ਲਘੂ ਸਵਰਤੁਨੀ ਇਨ੍ਹਾਂ ਵਿੱਚੋਂ ਕਿਹੜਾ ਲਘੂ ਸਵਰਤੁਨੀ ਨਹੀਂ ਹੈ ਤਾਂ ਇਹਦੇ ਵਿੱਚ ਆਪਣੇ ਕੋਲ ਕਿਹੜਾ-ਕਿਹੜਾ ਆਨਸਰ ਆ ਫੋਰਥ ਆਨਸਰ ਕੀ ਆ ਆੜਾ ਅ ਇਹਦੇ ਵਿੱਚ ਜੋ ਅ ਉਹ ਲਘੂ ਸਵਰਤੁਨੀ ਨਹੀਂ ਹੈ ਨੈਕਸਟ ਕੁਐਸਚਨ ਪੰਜਵਾਂ ਇੰਨਾ ਵਿੱਚੋਂ ਕਿਹੜਾ ਦੀर्घ ਸਵਰਤੁਨੀ ਹੈ ਆ ਊ ਏ ਜਾਂ ਪਰਉਤਕ ਸਾਰੇ ਦਾ ਪੰਜਵਾਂ ਆਨਸਰ ਆ ਆਪਣੇ ਕੋਲ ਪਰਉਤਕ ਸਾਰੇ ਇੰਨੇ ਵਿੱਚ ਸਾਰੇ ਹੀ ਜਿਹੜੇ ਆਪਣੇ ਕੋਲ ਧੁਨੀਆਂ ਨੇ ਦੀर्घ ਸਵਰ ਧੁਨੀਆਂ ਹੈਗੀਆਂ ਨੇ ਨੈਕਸਟ ਕੁਐਸਚਨ ਇੰਨਾ ਵਿੱਚੋਂ ਕਿਹੜਾ ਦੀर्घ ਸਵਰਤੁਨੀ ਨਹੀਂ ਹੈ ਆੜਾ ਅ ਅ ਜ ਹ ਔ ਤਾਂ ਇਹਦੇ ਵਿੱਚ ਜੋ ਸਹੀ ਆਨਸਰ ਆਪਣੇ ਕੋਲ ਉਹ ਆੜਾ ਵਾਂ। ਨੈਕਸਟ ਆਪਣੇ ਕੋਲ ਕੁਐਸਚਨ ਪੰਜਾਬੀ ਵਿੱਚ ਕਿੰਨੀਆਂ ਵਿਅੰਜਨ ਧੁਨੀਆਂ ਹਨ? ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ 35 ਧੁਨੀਆਂ, 36 ਧੁਨੀਆਂ, 37 ਧੁਨੀਆਂ ਜਾਂ 38 ਧੁਨੀਆਂ ਤਾਂ ਇਹਦਾ ਆਨਸਰ ਆਪਣੇ ਕੋਲ 37 ਧੁਨੀਆਂ। ਨੈਕਸਟ ਕੁਐਸਚਨ ਇੰਨਾ ਵਿੱਚੋਂ ਕਿਹੜਾ ਨਾਸਕੀ ਵਿਅੰਜਨ ਹੈ? ਨਈਂਆ, ਨਾਣਾ ਜਾਂ ਨੰਨਾ ਜਾਂ ਉਪਰੋਤਕ ਸਾਰੀ ਤਾਂ ਇਹਦੇ ਵਿੱਚ ਸਾਰੀ ਹੀ ਆਪਣੇ ਕੋਲੇ ਨਾਸਕੀ ਵਿਅੰਜਨ ਧੁਨੀਆਂ ਨੇ। ਇਹਦਾ ਆਨਸਰ ਆਪਣੇ ਕੋਲ ਆਊਗਾ ਅਪਰੋਤਕ ਸਾਰੇ ਚਲੋ ਨੈਕਸਟ ਟਾਪਿਕ ਤੇ ਆਪਾਂ ਚੱਲਦੇ ਆਂ ਨੈਕਸਟ ਜੋ ਟਾਪਿਕ ਆਪਣੇ ਕੋਲ ਸ਼ਬਦ ਬੋਧ ਸ਼ਬਦ ਬੋਧ ਵਿੱਚ ਆਪਣੇ ਕੋਲ ਕਿਹੜੇ-ਕਿਹੜੇ ਕੁਐਸਚਨਸ ਆ ਰਹੇ ਨੇ ਫਰਸਟ ਕੁਐਸਚਨ ਆ ਵਿਆਕਰਨ ਦਾ ਉਹ ਭਾਗ ਜੋ ਸ਼ਬਦ ਪệਦਾਂ ਬਾਰੇ ਜਾਣਕਾਰੀ ਦਿੰਦਾ ਹੈ ਉਹ ਖਵਾਉਂਦਾ ਹੈ ਅੱਖਰ ਸ਼ਬਦ ਸ਼ਬਦ ਬੋਧ ਜਾਂ ਅਪਰੋਤਕ ਕੋਈ ਵੀ ਨਹੀਂ ਤਾਂ ਇਹਦਾ ਜੋ ਸਹੀ ਆਨਸਰ ਆ ਉਹ ਈੜਿਆ ਸ਼ਬਦ ਬੋਧ ਨੈਕਸਟ ਕੁਐਸਚਨ ਅੱਖਰਾਂ ਦੇ ਮੇਲ ਤੋਂ ਕੋਈ ਅਰਥ ਭਰਪੂਰ ਬੋਲ ਬਣ ਜਾਣ ਤਾਂ ਉਸਨੂੰ ਕੀ ਆਖਦੇ ਹਨ ਬਾਕ ਸ਼ਬਦ ਸ਼ਬਦਬੋਧ ਜਾਂ ਅਪ੍ਰੋਤਕ ਸਾਰੇ ਤਾਂ ਇਹਦਾ ਆਨਸਰ ਆਪਣੇ ਕੋਲ ਆੜਾ ਸ਼ਬਦ ਨੈਕਸਟ ਕੁਐਸਚਨ ਉਹ ਸ਼ਬਦ ਜਿਨ੍ਹਾਂ ਦੇ ਅਰਥ ਨਿਕਲਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਸਾਰਥਕ ਸ਼ਬਦ ਸਾਰਥਕ ਸ਼ਬਦ ਹੋ ਗਿਆ ਆਪਣੇ ਕੋਲ ਨਿਰਾਰਥਕ ਸ਼ਬਦ ਹੋ ਗਿਆ ਆਰਥਿਕ ਸ਼ਬਦ ਹੋ ਗਿਆ ਜਾਂ ਅਪ੍ਰੋਤਕ ਕੋਈ ਵੀ ਨਹੀਂ ਤਾਂ ਇਹਦੇ ਵਿੱਚ ਜੋ ਆਨਸਰ ਆ ਉਹ ਊੜਾਵਾ ਸਾਰਥਕ ਸ਼ਬਦ ਨੈਕਸਟ ਕੁਐਸਚਨ ਆਪਣੇ ਕੋਲ ਜਿੰਨਾ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਉਹਨਾਂ ਨੂੰ ਕੀ ਕਹਿੰਦੇ ਹਨ ਇਹਦੇ ਵਿੱਚ ਜੋ ਆਪਣੇ ਕੋਲ ਆਨਸਰ ਆ ਸਾਰਥਕ ਸ਼ਬਦ ਹੋ ਗਿਆ ਰਚਨਾਤਮਕ ਸ਼ਬਦ ਹੋ ਗਿਆ ਨਿਰਾਥਮਕ ਸ਼ਬਦ ਹੋ ਗਿਆ ਜਸਮੂਹਿਕ ਸ਼ਬਦ ਹੋ ਗਿਆ ਤਾਂ ਇਹਦਾ ਜੋ ਆਨਸਰ ਆਪਣੇ ਕੋਲ ਈਡੀ ਨੈਕਸਟ ਕੁਐਸਚਨ ਹੈ ਏਠ ਲਿਖੇ ਵਿੱਚੋਂ ਕਿਹੜੇ ਮੂਲ ਸ਼ਬਦ ਹਨ ਲੱਕੜੀ ਰੰਗ ਮਕਾਨ ਜਾਂ ਪਰਉਤਕ ਸਾਰੇ ਤਾਂ ਇਹਦੇ ਵਿੱਚ ਜੋ ਆਪਣੇ ਕੋਲ ਆਨਸਰ ਆ ਉਹ ਸਾਰੇ ਪਰਉਤਕ ਸਾਰੇ ਸਹੀ ਆਨਸਰ ਆਪਣੇ ਕੋਲ ਨੈਕਸਟ ਕੁਐਸਚਨ ਹੈ ਏਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਹੈ ਲੋਕ ਸਭਾ ਰੰਗੀਲਾ ਸੱਚਾ ਜਾਂ ਪ੍ਰੋਤਕਸਾਰੀ ਤਾਂ ਇਹਦੇ ਵਿੱਚੋਂ ਜੋ ਆਪਣੇ ਕੋਲ ਸਮਾਸੀ ਸ਼ਬਦਾ ਉਹ ਹੈਗਾ ਵਾ ਲੋਕ ਸਭਾ ਇਹਦਾ ਆਨਸਰ ਆ ਊੜਮ ਨੈਕਸਟ ਗਾਇਜ਼ ਇਹ ਆਪਣੇ ਕੋਲ ਜੋ ਮਿੰਨਿਕਾਪਾ ਅੱਜ ਟੌਪਿਕ ਕਵਰ ਕਰ ਚੁੱਕੇ ਆ ਧੁਨੀ ਬੋਧ ਹੋ ਗਏ ਸ਼ਬਦ ਬੋਧ ਹੋ ਗਏ ਇਹਨਾਂ ਦੇ ਆਪਣੇ ਕੋਲ ਫਰਸਟ ਮੈਂ ਫਿਰ ਸਕਰੀਨ ਤੇ ਸ਼ੋਅ ਕਰ ਰਹੀ ਹਾਂ ਫੁੱਲ ਸਕਰੀਨ ਤੁਸੀਂ ਜੇਕਰ ਮੰਨ ਲਓ ਕੁਐਸ਼ਨਸ ਰਿਟਰਨ ਕਰਨਾ ਚਾਹੁੰਦੇ ਹੋ ਤਾਂ ਆਪਣੀ ਇਹਦੀ ਸਕਰੀਨ ਤੋਂ ਦੇਖ ਕੇ ਕੁਐਸ਼ਨਸ ਨੂੰ ਰਿਟਰਨ ਕਰ ਸਕਦੇ ਹੋ ਤੇ ਕੁਐਸ਼ਨਸ ਨੂੰ ਰਵਾਈਸ ਕਰ ਸਕਦੇ ਹੋ ਅਗਰ ਤੁਸ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਗਾਇਸ ਇਹ ਆਪਣੇ ਕੋਲ ਬੁੱਕ ਆ ਜਿਹਦੇ ਵਿੱਚ ਤੁਹਾਨੂੰ ਮੀਨਿੰਗ ਕੁਐਸ਼ਨਸ ਦੀ ਤਿਆਰੀ ਕਰਵਾ ਰਹੇ ਹਾਂਗੇ ਇਹ ਆਪਣੇ ਕੋਲ ਲੇਟੈਸਟ ਬੁੱਕ ਆ ਜੋ ਕਿ ਆਪਣੇ ਕੋਲ ਐਂਟਿਡ ਦੇ ਐਗਜ਼ਾਮ ਲਈ ਸਪੈਸ਼ਲ ਪਬਲਿਸ਼ ਕੀਤੀ ਗਈ ਆ ਗਾਇਸ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਗਾਇਸ